ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ।
ਤੇਰੇ ਤੂੰ ਸੰਤਾਂ ਕਾ ਸੰਤ ਤੇਰੇ।
ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ। 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 ਸੱਜਾ ਗਿਆ।
ਅਨੂਪ ਤੇਰਾ ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਸੱਚਾ ਸਿਰਜਣਹਾਰਾ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਭਗਤਾਂ ਕੀ ਜਿਤਨੀ ਵੀ ਸੰਗਤ ਜੁੜ ਬੈਠੀ ਹੈ, ਜੋ ਕਿ ਸੰਤ ਮਹਾਂਪੁਰਸ਼ ਬਾਬਾ ਲਾਭ ਸਿੰਘ ਜੀ, ਸੰਤ ਮਹਾਂਪੁਰਸ਼ ਭਲਵਾਨ ਜੀ, ਸੰਤ ਮਹਾਂਪੁਰਸ਼ ਬਾਬਾ ਸੁੱਚਾ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ,
ਸਾਰੇ ਮਹਾਂਪੁਰਸ਼ ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਸ ਤਰ੍ਹਾਂ ਆਪਾਂ ਨੂੰ ਸੰਗਤਾਂ ਨੂੰ ਸਾਰਿਆਂ ਨੂੰ ਸਿਮਰਨ ਕਰਾਉਂਦੇ ਹਨ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰਿਆਂ ਨੇ ਆਪਣੀ ਰਸਨਾ ਦੁਆਰਾ ਹਾਜ਼ਰੀ ਲਵਾਉਣੀ ਹੈ। ਇੱਕ ਵਾਰ ਸਾਰਿਆਂ ਨੇ ਕੋਈ ਵੀ ਰਸਨਾ ਵਾਂਝੀ ਨਾ ਰਹੇ, ਵਾਹਿਗੁਰੂ ਸਿਮਰਨ ਦਾ ਜਾਪ ਕਰਨਾ ਹੈ। ਆਓ ਸਾਰੇ ਮਿਲਾਂ ਕਰਕੇ ਹਾਜ਼ਰੀ ਲਵਾਈਏ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ।
ਆਓ ਸਾਰੀ ਸੰਗਤ ਆਪਣੀ ਰਸਨਾ ਦੁਆਰਾ ਦਾਸਰਿਆਂ ਨਾਲ ਹਾਜ਼ਰੀ ਲਵਾਓ, ਸਾਰੀ ਇਸ ਪੰਕਤੀ ਦਾ ਜਾਪ ਕਰਨ ਵਾਲਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰ ਕੀ ਸਫਲ ਹੈ ਜੇ ਕੋ ਕਰੇ ਚਿਤ ਲਾਏ। ਜੇ ਕੋ ਕਰੇ ਚਿਤ ਲਾਏ, ਜੇ ਕੋ ਸਫਲ ਹੈ ਜੇ ਕੋ ਕਰੇ ਚਿਤ ਲਾਏ।
ਤੇਸੀਆ ਮੈਦਾਨ ਦੀ ਕਾ ਮਹਿਮਾ ਸਾਧੂ ਸੰਗ ਕੀ ਸਰੀਤਾ
ਸੰਤ ਮਹਾਂਪੁਰਸ਼ ਬਾਬਾ ਲਾਭ ਸਿੰਘ ਜੀ ਹੋਣਾ ਦੇ ਸਾਲਾਨਾ ਬਰਸੀ ਨੂੰ ਸਮਰਪਿਤ ਸੰਤ ਮਹਾਂਪੁਰਸ਼ ਬਾਬਾ ਬਲਵਾਨ ਜੀ, ਬਾਬਾ ਸੁੱਚਾ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਸਾਰੇ ਹੀ ਮਿਲਣਾ ਕਰਕੇ ਮਹਾਂਪੁਰਸ਼ਾਂ ਦੀ ਇਹ ਸਮਾਗਮ ਉਲੀਕਣਾ ਕੀਤੇ ਹਨ। ਆਪ ਸੰਗਤਾਂ ਲਾਹਾ ਪ੍ਰਾਪਤ ਕਰੇ ਹਨ। ਮਾਣਯੋਗ ਸਿੰਘ ਸਾਹਿਬ, ਗਿਆਨੀ ਰਣਵੀਰ ਸਿੰਘ ਜੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ, ਉਹਨਾਂ ਵੱਲੋਂ ਸੰਤ ਮਹਾਂਪੁਰਸ਼ ਬਾਬਾ ਸੁੱਚਾ ਸਿੰਘ ਜੀ ਹੋਣਾ ਵੱਲੋਂ ਉਚੇਚੇ ਤੌਰ 'ਤੇ ਹੁਕਮ ਹੋਇਆ ਸੀ। ਅਤਿ ਸਤਿਕਾਰਯੋਗ ਮੈਨੇਜਰ ਸਰਦਾਰ ਬੇਅੰਤ ਸਿੰਘ ਜੀ, ਸਾਰੇ ਹੀ ਮੈਨੂੰ ਆਪਣੀਆਂ ਰੂਹਾਂ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਆਰਿਆ, ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮਾਣਯੋਗ ਸਿੰਘ ਸਾਹਿਬ, ਗਿਆਨੀ ਗੁਰਵਿੰਦਰ ਸਿੰਘ ਜੀ ਉਚੇਚੇ ਤੌਰ 'ਤੇ ਸੰਗਤਾਂ ਦੇ ਦਰਸ਼ਨ ਕਰ ਰਹੇ ਹਨ। ਜੀਵਾਂ ਆਇਆਂ ਵਾਸਤੇ ਜਕਾਰੇ ਦੇ ਰੂਪ ਵਿੱਚ ਅਸੀਸਾਂ ਬਖਸ਼ਿਸ਼ ਕਰੋ। ਬੋਲੇ ਸੋ ਨਿਹਾਲ, ਮਹਾਂਪੁਰਸ਼ਾਂ ਦੀਆਂ ਵੱਖ ਵੱਖ ਜਗ੍ਹਾ 'ਤੇ ਅਸਥਾਨਾਂ 'ਤੇ ਧਰਮ ਅਸਥਾਨਾਂ 'ਤੇ ਗੁਰਧਾਮਾਂ 'ਤੇ ਸੇਵਾਵਾਂ ਚੱਲ ਰਹੀਆਂ ਹਨ। ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ, ਜੋ ਕਿ ਹੁਣ ਉਚੇਚੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤ ਮਹਾਂਪੁਰਸ਼ ਬਾਬਾ ਸੁੱਚਾ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ ਹੋਣਾ ਨੂੰ ਸੋਨੇ ਦੀ ਸੇਵਾ ਦਿੱਤੀ ਹੋਈ ਹੈ, ਬਖਸ਼ਿਸ਼ ਕੀਤੀਆਂ ਹਨ। ਵੱਧ ਚੜ੍ਹ ਕੇ ਤਨ ਮਨ ਧਨ ਦੇ ਨਾਲ ਸਹਿਯੋਗ ਦਿੰਦੇ ਹੋਏ ਆਪਣੀਆਂ ਸੇਵਾਵਾਂ ਵਿੱਚ ਹਿੱਸਾ ਪਾਓ, ਤਾਂ ਕਿ ਜੇ ਐਡੇ ਵੱਡੇ ਕਾਰਜ ਮਹਾਂਪੁਰਸ਼ ਕਰ ਰਹੇ ਹਨ, ਆਪ ਜੀ ਦੀਆਂ ਦਸਾਂ ਨੌਵਾਂ ਦੀਆਂ ਕੀਤੀ ਹੋਈ ਕਮਾਈ ਸਫਲ ਹੋ ਸਕੇ, ਵੱਧ ਤੋਂ ਵੱਧ ਯਤਨ ਕਰਨੇ ਹਨ। ਆਓ, ਹੁਕਮ ਹੋਇਆ ਸੀ ਇੱਕ ਪਾਵਨ ਸ਼ਬਦ, ਕਿਉਂਕਿ ਟਾਈਮ ਹੋ ਚੁੱਕਾ ਹੈ, 2 ਮਿੰਟ ਦਾ ਪਾਵਨ ਸ਼ਬਦ ਹੈ।
ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰੇ ਮਨ ਪਤਿਆਏ, ਨਾਹੀਂ ਤਾਂ ਕਰ ਕੋ ਬਾਪ ਰਸਾਏ। ਇਹ ਪਾਵਨ ਸ਼ਬਦ ਦੁਆਰਾ ਹਾਜ਼ਰੀ ਭਰਨੀ ਹੈ, ਸੋ ਆਓ ਸਾਰੇ ਮਿਲਣਾ ਕਰਕੇ ਸ਼ਬਦ ਦੁਆਰਾ ਹਾਜ਼ਰੀ ਭਰੀਏ। ਦੁੱਧ ਪੀਓ, ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਘਰ ਕੋ ਬਾਪ ਰਸਾਏ।
ਸੁਦਾਸਰੇ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨ। ਬੁਲਾਓ ਫਤਿਹ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।